ਹਦੇਨਾ ਇੱਥੇ ਤਾਂ ਡੋਸਾ ਬਹੁਤ ਵਧੀਆ ਹੁੰਦਾ ਵਾ ਸਾਜ ਕੀ ਕਰਨ ਲੱਗੇ ਸੀਗੇ ਇੱਥੇ ਚੰਡਾ ਲਗਾ ਲਏ ਸੀ ਚੰਡਾ ਲਗਾਉਣ ਲੱਗੇ ਸੀਗੇ ਹਨਾ ਪਿੱਛੋਂ ਲਗਾਉਣਾ ਚਾਹੀਦਾ ਸੀ ਪਿੱਛੇ ਆਪਾਂ ਕੀ ਹੋ ਗਿਆ ਭੁੱਲ ਹੀ ਗਏ ਸੀਗੇ ਆ ਦੇਖੋ ਜਕਰਾ ਮਾ ਚਿੰਤਪੁਰਨੀ ਦਾ ਬਹੁਤ ਸੱਚੇ ਪ੍ਰਵਾਰ ਕੀ ਜੈ ਵੈਲਕਮ ਬੈਕ ਟੂ ਮਾਈ ਚੈਨਲ ਤੇ ਫਰੈਂਡਸ ਹਨਾ ਹੁਣ ਨਾ ਅਸੀਂ ਮੰਗੂਵਾਲ ਪਹੁੰਚ ਚੁੱਕੇ ਆ ਮੰਗੂਵਾਲ ਇੱਥੇ ਡੋਸੇ ਵਗੈਰਾ ਲੱਗੇ ਹੋਏ ਆ ਤੁਹਾਨੂੰ ਜਿੱਥੇ ਡੋਸੇ ਲੱਗੇ ਹੋਏ ਆ ਉਹ ਦਿਖਾਉਂਗਾ ਵੀ ਕਿਸ ਜਗ੍ਹਾ ਤੇ ਲੱਗੇ ਹੋਏ ਨੇ ਡੋਸੇ ਤੇ ਚਲੋ ਚੱਲਦੇ ਆ ਪਹਿਲਾਂ ਤੁਹਾਨੂੰ ਡੋਸੇ ਦਾ ਲੰਗਰ ਦਿਖਾਉਣਾ ਵਾ ਤਕਰੀਬਨ ਇੱਥੇ ਵੀ ਹੈ ਨਾ ਦੁਪਹਿਰੇ ਹਰ ਵਕਤ ਚੱਲਦਾ ਹੀ ਰਹਿੰਦਾ ਇੱਕ ਗੱਲ ਹੋਰ ਇੱਥੇ ਨਾ ਰਸ਼ ਨਹੀਂ ਹੁੰਦਾ ਹੈਗਾ ਇੰਨੀ ਜ਼ਿਆਦਾ ਸੰਗਤ ਨਹੀਂ ਹੁੰਦੀ ਹੈਗੀ ਤੇ ਵੈਸੇ ਵੀ ਹੈ ਨਾ ਸੰਡੇ ਆ ਕੱਲ੍ਹ ਨੂੰ ਸੰਡੇ ਤੋਂ ਬਹੁਤ ਜ਼ਿਆਦਾ ਸੰਗਤਾਂ ਨੇ ਆਉਣਾ ਸ਼ੁਰੂ ਕਰ ਦੇਣਾ ਵਾ ਜਿੱਦਾਂ ਕਿ ਹੁਣ ਆਪਾਂ ਦੇਖਦੇ ਹਾਂ ਇੰਨੇ ਜ਼ਿਆਦਾ ਹਲੇ ਸੰਗਤਾਂ ਨਹੀਂ ਆਈਆਂ ਸੀਗੀਆਂ ਸਵੇਰੇ ਪਰ ਹੁਣ ਦੇਖੋ ਮੋਟਰਸਾਈਕਲਾਂ ਤੇ ਦਿਖਾਉਣਾ ਤੁਹਾਨੂੰ ਰਸ਼ ਫਰੈਂਡਸ ਇਹਨਾਂ ਗੱਡੀਆਂ ਬਹੁਤ ਸਪੀਡ ਨਾਲ ਭਜਾਉਂਦੇ ਆ ਇੱਥੋਂ ਆ ਦੇਖੋ ਇੱਥੇ ਜਾਮ ਲੱਗ ਜਾਂਦਾ ਇੱਥੇ ਲੰਗਰ ਬਹੁਤ ਤਰ੍ਹਾਂ ਤਰ੍ਹਾਂ ਦੇ ਮਟਕਾ ਕੁਲਫੀ ਚਾਟ ਟਿੱਕੀ ਗੋਲ ਗੱਪੇ ਉੱਥੇ ਡੋਸਾ ਲੱਗਿਆ ਹੋਇਆ ਸੀਗਾ ਸਾਹਮਣੇ ਤੇ ਖੀਰ ਮਾਲ ਪੂੜੇ ਹਰ ਤਰ੍ਹਾਂ ਦੇ ਲੰਗਰ ਆ ਸਾਡੇ ਕੋਲੇ ਥੋੜੇ ਜਿਹੇ ਲੰਗਰ ਬਚ ਗਏ ਸੀਗੇ ਆ ਤੁਹਾਨੂੰ ਦਿਖਾਉਣਾ ਆ ਦੇਖੋ ਸਾਡੇ ਕੋਲੇ ਥੋੜੇ ਜਿਹੇ ਬਚੇ ਸੀ ਹਲੇ ਪਿੱਛੇ ਅਸੀਂ ਟੀ ਸ਼ਰਟਾਂ ਦਾ ਵੀ ਲੰਗਰ ਲਾਇਆ ਸੀਗਾ ਜੇਕਰ ਤੁਸੀਂ ਟੀ ਸ਼ਰਟਾਂ ਵਾਲਾ ਬਲੌਗ ਨਹੀਂ ਦੇਖਿਆ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਜਿੱਥੇ ਅਸੀਂ ਇਹਨਾਂ ਟੀ ਸ਼ਰਟਾਂ ਦਾ ਲੰਗਰ ਲਾਇਆ ਸੀਗਾ ਆ ਦੇਖੋ ਆ ਗੱਡੀ ਪੂਰੇ ਗੋਲ ਗੱਪੇ ਟਿੱਕੀ ਚਾਟ ਵਗੈਰਾ ਖਾ ਕੇ ਨਿਕਲੇ ਨੇ ਪਿੱਛੇ ਗੱਡੀਆਂ ਦਾ ਰਸ਼ ਦੇਖੋ ਅੱਜ ਦੇਖਿਆ ਕਿੰਨੀ ਜ਼ਿਆਦਾ ਰੌਣਕ ਹੋਊਗੀ ਕਿੰਨੀ ਜ਼ਿਆਦਾ ਰੌਣਕ ਆ ਮੋਟਰਸਾਈਕਲ ਗੱਡੀਆਂ ਜਵਾਲਾ ਜੀ ਆ ਦੇਖੋ ਆ ਬੱਸ ਜਾਂਦੀ ਆ ਜਵਾਲਾ ਜੀ ਨੂੰ ਹੁਣ ਦੇਖੋ ਕਦਮ ਨੂੰ ਜਗ੍ਹਾ ਨਹੀਂ ਹੈਗੀ ਬਹੁਤੇ ਟਾਈਮ ਨਾਲ ਅਸੀਂ ਆ ਗਏ ਸੀਗੇ ਫਰੈਂਡਸ ਨਾ ਜਿੱਥੇ ਅਸੀਂ ਖੜੇ ਸੀਗੇ ਇੱਥੇ ਬਿਲਕੁਲ ਵੀ ਰਸ਼ ਨਹੀਂ ਸੀਗਾ ਕੋਈ ਜ਼ਿਆਦਾ ਸੰਗਤਾਂ ਨਹੀਂ ਸੀਗੀਆਂ ਲੇਕਿਨ ਕਿਤੇ ਹੋਰ ਜਗ੍ਹਾ 'ਤੇ ਵੀ ਅਸੀਂ ਦੇਖਿਆ ਬਹੁਤ ਜ਼ਿਆਦਾ ਭੀੜ ਸੀ ਫਰੈਂਡਸ ਨਾ ਤੁਸੀਂ ਹੈ ਨਾ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਉੱਧਰ ਦੇਖੋ ਡੋਸਾ ਕਿੰਨਾ ਵਧੀਆ ਤਿਆਰ ਹੋ ਰਿਹਾ ਸੀਗਾ ਫਰੈਂਡ ਤੁਹਾਨੂੰ ਪਤਾ ਡੋਸਾ ਇੰਨਾ ਵਧੀਆ ਸੀ ਨਾ ਨਾਲੇ ਨਾ ਵੀ ਉੱਧਰ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਮਤ ਭੁੱਲਣਾ ਫਰੈਂਡਸ ਨਾ ਹੁਣ ਜਦੋਂ ਮਾਤਾ ਵਾਲੀਆਂ ਵੀਡੀਓ ਹੁਣ ਖਤਮ ਹੋ ਜਾਣਗੀਆਂ ਅਤੇ ਇਸ ਤੋਂ ਬਾਅਦ ਮੈਂ ਆਪਣੇ ਰੂਟੀਨ ਵਾਈਜ਼ ਬਲੌਗ ਪਾਉਣੇ ਵੀ ਸ਼ੁਰੂ ਕਰੂੰਗਾ ਉਹ ਵੀ ਤੁਸੀਂ ਜ਼ਰੂਰ ਦੇਖਿਓ ਅਤੇ ਨਾਲੇ ਸ਼ੋਰਟ ਫਿਲਮਾਂ ਵੀ ਆਇਆ ਕਰਨਗੀਆਂ ਜਿਹੜੀਆਂ ਕਿ ਹੈ ਨਾ ਸ਼ਿਕਸ਼ਾ ਵਾਲੀਆਂ ਮੂਵੀ ਆਉਂਦੀਆਂ ਨੇ ਮੈਂ ਪਹਿਲਾਂ ਵੀ ਕੁਝ ਫਿਲਮਾਂ ਬਣਾਈਆਂ ਨੇ ਜੇਕਰ ਉਹ ਵਾਲੀਆਂ ਫਿਲਮਾਂ ਨਹੀਂ ਦੇਖੀਆਂ ਤਾਂ ਤੁਸੀਂ ਮੇਰੇ ਚੈਨਲ 'ਤੇ ਜਾ ਕੇ ਉਹ ਵਾਲੀਆਂ ਫਿਲਮਾਂ ਵੀ ਤੁਸੀਂ ਦੇਖ ਸਕਦੇ ਹੋ ਆ ਉੱਪਰ ਫੋਟੋਆਂ ਆ ਰਹੀਆਂ ਨੇ ਇਹ ਵਾਲੀਆਂ ਫਿਲਮਾਂ ਸੀਗੀਆਂ ਲਾਸਟ 'ਤੇ ਮੈਂ ਫਿਲਮਾਂ ਦਾ ਲਿੰਕ ਵੀ ਡਾਲੂੰਗਾ ਸ਼ੋਰਟ ਫਿਲਮਾਂ ਦਾ ਉਹ ਵੀ ਤੁਸੀਂ ਹੈ ਨਾ ਜ਼ਰੂਰ ਉੱਥੇ ਕਲਿੱਕ ਕਰਕੇ ਸ਼ੋਰਟ ਫਿਲਮਾਂ ਦੇਖਣਾ ਹੁਣ ਅਸੀਂ ਡੋਸਾ ਖਾਣ ਲੱਗੇ ਹਾਂ ਫਰੈਂਡ ਅਗਰ ਤੁਸੀਂ ਮੇਰੀ ਚਿੰਤਪੁਰਨੀ ਮਾਤਾ ਦੀਆਂ ਦੂਜੀਆਂ ਵੀਡੀਓ ਨਹੀਂ ਦੇਖੀਆਂ ਤਾਂ ਉਹ ਵੀ ਜਾ ਕੇ ਦੇਖੋ ਫਰੈਂਡ ਬਚਣਾ ਪਹਿਲਾਂ ਆ ਵਾਲੀ ਵੀਡੀਓ ਪੂਰੀ ਦੇਖ ਲਿਓ ਫਿਰ ਉਸ ਤੋਂ ਬਾਅਦ ਹਾਂ ਦੇਖੋ ਲੰਗਰ ਦਾ ਸਮਾਨ ਕਿੰਨਾ ਵਧੀਆ ਲਗਾਇਆ ਹੋਇਆ ਸੀਗਾ ਜਿਸ ਤਰ੍ਹਾਂ ਇੱਕ ਵਧੀਆ ਫੰਕਸ਼ਨ 'ਤੇ ਹੈ ਨਾ ਸਟਾਲ ਵਗੈਰਾ ਲੱਗੇ ਹੁੰਦੇ ਆ ਉਸ ਤਰ੍ਹਾਂ ਲੰਗਰ ਲਗਾਇਆ ਹੋਇਆ ਸੀਗਾ ਲੋਕ ਉੱਥੋਂ ਪਾਉਂਦੇ ਸੀਗੇ ਪਾ ਕੇ ਚੇਅਰ 'ਤੇ ਬੈਠ ਕੇ ਖਾਂਦੇ ਸੀ ਟੇਬਲ ਵਗੈਰਾ ਸਾਰੇ ਲੱਗੇ ਹੋਏ ਸੀ ਬਹੁਤ ਵਧੀਆ ਸੁਵਿਧਾ ਸੀਗੀ ਓਕੇ ਫਰੈਂਡਸ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇੱਥੇ ਤੱਕ ਵੀਡੀਓ ਦੇਖਣ ਲਈ ਥੈਂਕ ਯੂ